ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਪਿੰਡ ਦੇ ਪਿੰਡ ਸਿੱਧਾ ਮਾਮਲਾ ਜੀ ਇਹੋ ਜੀ, ਵੇਖੋ ਮੇਰੇ ਬੱਚੇ ਕੋਲ ਨੇ, ਇਹਨਾਂ ਦੇ ਸਾਹਮਣੇ ਮਾਰ ਕਟਾਈ ਕਰਕੇ ਕੁੱਟ ਕੇ ਜਾਂਦਾ ਰਿਹਾ। ਉਹਦੀ ਮੈਂ ਬਾਹਰ ਰਿਹਾ, ਮਿਹਨਤ ਕਰਦਾ ਰਿਹਾ, ਜਿੰਨੀ ਮਿਹਨਤ ਮੈਂ ਘਰ ਫੜਾਈ, ਇਹਨੇ ਖੋ ਖਾ ਚ ਗਈ ਮੇਰੇ ਬੱਚਿਆਂ ਤੋਂ, ਮੇਰੀ ਘਰਵਾਲੀ ਤੋਂ। ਇਹ ਆਪਣਾ ਘਰ ਪੂਰਾ ਪੂਜਦਾ ਰਿਹਾ, ਘਰ ਬਾਹਰ ਜਾ ਕੇ ਜੀ ਪੀ ਕੇ ਨਸ਼ੇ ਦੀਆਂ ਬੋਤਲਾਂ ਮੁੰਡਿਆਂ ਨੂੰ ਗੁੰਡਾਗਰਦੀ ਕਰਕੇ। ਮਹਾਰਾਜ ਜੀ ਜਦੋਂ ਮੇਰੇ ਘਰ ਆਉਂਦਾ ਰਿਹਾ, ਮੂੰਹ ਲੇਟ ਕੇ ਇਹ ਗਲੀ ਦੇ ਵਿੱਚ ਜੀ 5-7 ਜਣੇ ਨਾਲ ਲੈ ਕੇ ਆਉਂਦਾ ਰਿਹਾ। ਉਹਨਾਂ ਦਾ ਮੈਨੂੰ ਨਾਂ ਤਾਂ ਨਹੀਂ ਜੀ ਪਤਾ, ਅਤੇ ਹੁਣ ਇਹਨੂੰ ਆਪਣੀ ਮਾਰ ਕਟਾਈ ਕਰਕੇ ਮੈਨੂੰ ਕਹਿੰਦਾ ਤੈਨੂੰ ਮੈਂ ਕਿਰਚ ਮਾਰਨੀ ਹੈ ਜੀ। ਮੈਂ ਲੁੱਕ ਕੇ ਵਜਿਆ, ਮੈਨੂੰ ਮਹਾਰਾਜ ਫਿਰ ਦੋਹਰੀ ਆ ਗਿਆ, ਮੇਰੇ ਉੱਪਰ ਮੋਟਰਸਾਈਕਲ ਮੰਜੀ ਚੜ੍ਹਨ ਲੱਗਾ। ਮੁੜ ਕੇ ਮਾਰ ਕਟਾਈ ਕਰਕੇ ਕਹਿੰਦਾ ਤਲਾਕ ਦੇ, ਹੁਣੀ ਮੈਨੂੰ ਘਰ ਖੜਨਾ, ਮੈਂ ਆਪਣੀ ਮਾਂ ਨੂੰ ਵੀ ਲਿਆਉਣਾ ਵਾ, ਆਪਣੇ ਭਰਾ ਮੰਗੇ ਨੂੰ ਵੀ ਲਿਆਉਣਾ ਵਾ, ਮੈਂ ਚਾਚੇ ਗੁਰਦੀਪ ਨੂੰ ਲਿਆਉਣਾ ਵਾ। ਮਹਾਰਾਜ ਜੀ ਮੈਂ ਕਿਹਾ ਮੈਂ ਤਲਾਕ ਨਹੀਂ ਦੇ ਸਕਦਾ, ਮੈਂ ਹੱਥ ਦੇਣਾ, ਮੇਰੇ ਘਰੋਂ ਚਲਾ ਜਾ। ਫਿਰ ਦਿਨੇ ਗੁਰਦੁਆਰੇ ਨੂੰ ਗਈ, ਮਹਾਰਾਜ ਜੀ ਮੱਥਾ ਨਹੀਂ ਟੇਕਣ ਦਿੱਤਾ ਇਹਨੇ। ਕਸ਼ਮੀਰ ਕੌਰ ਗਈ ਗੁਰਦੁਆਰੇ ਨੂੰ, ਸ੍ਰੀ ਸ੍ਰੀ ਮੇਰਾ ਭਤੀਜਾ ਜੀ, ਭਤੀਜਾ ਹੋ ਗਏ ਮੈਨੂੰ ਕਹਿੰਦਾ ਕਸ਼ਮੀਰ ਕੌਰ ਮੇਰੀ ਘਰਵਾਲੀ ਜੀ, ਮੇਰੀ ਪਤਨੀ ਹੈ। ਉਹਨੂੰ ਕੌਣ ਲੈ ਕੇ ਗਿਆ? ਉਹਨੂੰ ਮੰਗਾ ਲੈ ਕੇ ਗਿਆ ਜੀ, ਉਹਨੂੰ ਮੱਥਾ ਇੱਥੇ ਨਹੀਂ ਗੁਰੂ ਗ੍ਰੰਥੀ ਟੇਕਣ ਦਿੱਤਾ, ਉਹਨੂੰ ਬਾਹਰ ਪਿੰਡੂ ਬਾਹਰ ਹੋਰ ਗੁਰਦੁਆਰਾ ਸੀ ਉੱਥੇ ਇਹਨੂੰ ਖੜਿਆ, ਉੱਥੋਂ ਮੱਥਾ ਟਿਕਾ ਕੇ ਉਹਨੂੰ ਕਹਿੰਦਾ ਵਾਪਸ ਜਾਓ, ਕਹਿੰਦੀ ਮੈਨੂੰ ਤੂੰ ਘਰੋਂ ਲਿਆਂਦਾ, ਜ਼ਬਰਦਸਤੀ ਮੈਂ ਘਰੇ ਨਹੀਂ ਜਾਣਾ, ਹੁਣ ਤੇਰੇ ਘਰੇ ਮੈਂ ਮਰਨਾ ਹੈ। ਵੀ ਉਹ ਕਹਿੰਦਾ ਸੀ ਵੀ ਤਲਾਕ ਹੁਣੀ ਦੇ ਬੰਦੇ ਨੂੰ, ਮੈਨੂੰ ਕਹਿੰਦਾ ਜੋਗੀ ਤੂੰ ਤਲਾਕ ਦੇ ਆਪਣੀ ਵਹੁਟੀ ਦਾ, ਅਤੇ ਮੈਂ ਕਸ਼ਮੀਰ ਕੌਰ ਨੂੰ ਮੰਗਾਂ ਦਾ ਮੈਂ ਘਰ ਖੜਨਾ ਹੈ, ਮੈਂ ਆਪਣੀ ਮਾਤਾ ਨੂੰ ਵੀ ਲਿਆ ਕੇ ਲਿਆਉਣਾ, ਆਪਣੇ ਮੈਂ ਚਾਚੇ ਨੂੰ ਵੀ ਲਿਆ ਕੇ ਆਉਣਾ ਵਾਂ, ਆਪਣੇ ਭਰਾ ਪੰਮੇ ਨੂੰ ਵੀ ਲੈ ਕੇ ਆਉਣਾ ਵਾਂ, ਛੇਤੀ ਕਰ ਮੈਂ ਹੁਣੀ ਮੈਂ ਤੈਨੂੰ ਖੜਨਾ, ਤੈਨੂੰ ਮਰੀ ਨੂੰ ਵੀ ਖੜਨਾ ਹੈ, ਤੈਨੂੰ ਮੈਂ ਜੀਦੀ ਨੂੰ ਵੀ ਖੜਨਾ ਹੈ। ਹਾਂਜੀ ਜ਼ਬਰਦਸਤੀ ਜੀ ਖੜਿਆ ਉਹਨੇ, ਬੱਚੇ ਰੋਂਦੇ ਫਿਰਦੇ ਜੀ, ਮੇਰਾ ਮੇਰੀ ਗੁੱਡੀਆ ਕਿੱਡੀ ਜਵਾਨ ਜੀ ਕੋਠੇ ਜਿੱਡੀ, ਜੋ ਸਾਫ਼ ਕਹਿ ਗਈ ਮੇਰੀ ਘਰਵਾਲੀ, ਉਹਨੂੰ ਹੁਣ ਮਾਰ ਕਟਾਈ ਕਰਕੇ ਉਹਦਾ ਚਾਚਾ ਗੁਰਦੀਪ, ਪੰਮਾ ਉਹਦੀ ਭੈਣ ਭੋਲੀ, ਅਤੇ ਹੋਰ ਜਿਹੜੇ ਨਾਲ ਯਾਰ ਦੋਸਤਾਂ ਨੇ ਉਹਦੇ, ਉਹਨੂੰ ਧੱਕਾ ਇਹਨਾਂ ਬਾਹਰ ਕੱਢਦੇ ਨੇ ਹਵੇਲੀ, ਉਹ ਉੱਥੇ ਗੇਟ ਅੱਗੇ ਲੰਮੇ ਪਈ। ਮਹਾਰਾਜ ਜੀ ਉਹ ਕਹਿੰਦੀ ਮੈਂ ਸਾਫ਼ ਲੈਣਾ, ਮੇਰਾ ਜੋ ਵੀ ਮੇਰੇ ਬੱਚਿਆਂ ਦੀ ਕਮਾਈ ਜਿਹੜੀ ਮੇਰੀ ਜ਼ਬਰਦਸਤੀ ਖੜੀ ਹੈ, ਮੇਰੀ ਵਾਪਸ ਕਰਦੇ, ਮੈਂ ਤੁਸੀਂ ਸਭ ਕੁਝ ਸਾਫ਼ ਮੇਰੇ ਕੋਲ ਸੁਣਨਾ ਹੈ, ਅਤੇ ਮੈਨੂੰ ਠਾਣੇ ਸੱਦ ਲਓ ਭਾਵੇਂ ਜੇ ਆ ਗਏ ਤੁਹਾਡੇ ਵੱਲੋਂ, ਮਹਾਰਾਜ ਜੀ ਉਹਨੂੰ ਉੱਥੇ ਭੇਜ ਦਿਓ, ਮੈਂ ਜੋ ਵੀ ਸਾਫ਼ ਹੈ ਮੈਂ ਦੱਸ ਦਿਆਂ। ਇਹਦੇ ਸੰਬੰਧ 'ਚ ਥਾਣੇ ਕੰਪਲੇਂਟ ਦਿੱਤੀ ਹੈ? ਹਾਂ ਦਿੱਤੀ ਹੈ ਜੀ, 2 ਦਰਖਾਸ਼ਾਂ ਭੇਜੀਆਂ ਨੇ, ਅੱਜ ਫਿਰ ਦਰਖਾਸ਼ ਦਿੱਤੀ ਹੈ, ਮੇਰੀ ਸੁਣਾਈ ਕੋਈ ਨਹੀਂ, ਉਹ ਜ਼ਮੀਨ ਭਾਂਡੇ ਕੀ ਕਹਿੰਦੇ ਸੁਣਾਈ ਉਹਨੇ ਕੋਈ ਨਹੀਂ ਕੀਤੀ ਜੀ, ਉਹ ਜ਼ਮੀਨ ਭਾਂਡੇ ਨੇ ਪਤਾ ਨਹੀਂ ਪੈਸਾ ਚਾੜਤਾ ਜੇ ਕੀ ਮੇਰੇ 'ਤੇ, ਮਹਾਰਾਜ ਥਾਂ ਥਾਂ ਵੀ ਨਹੀਂ ਮੇਰਾ ਵੰਡਦਾ ਚੱਜ ਤਰ੍ਹਾਂ, ਅਤੇ ਮੇਰੀ ਰੋਟੀ ਨਹੀਂ ਬੱਚਿਆਂ ਦੀ ਪੂਰੀ ਕੀ ਮੇਰੀ ਹੋਣ ਦਿੱਤੀ ਇਹਨੇ, ਮੇਰਾ ਕੁਛ ਨਹੀਂ ਵੰਡਦਾ, ਸਾਰਾ ਜੋ ਪੈਸਾ ਤੇ ਲੈ ਖੋ ਕੇ ਲੈ ਜਾਂਦਾ ਰਿਹਾ। ਕੀ ਮਸਲਾ ਹੈ ਜੀ ਸਰ? ਸਾਡੇ ਘਰ ਦਾ ਇਹ ਮਸਲਾ ਹੈ ਕਿ ਕੋਈ ਸਾਨੂੰ ਆਣ ਕੇ ਬਹੁਤ ਪਰੇਸ਼ਾਨ ਕਰਦਾ ਰਿਹਾ, ਮੇਰੇ ਮੰਮਾ ਪਾਪਾ ਨਾਲ ਬਹੁਤ ਜ਼ਬਰਦਸਤੀ ਕਰਦੇ ਰਹੇ ਨੇ, ਕਾਫੀ ਲੋਕਾਂ ਦੇ ਵਿੱਚ, ਲੋਕਾਂ ਨੂੰ ਵੀ ਪਤਾ ਸਾਡੇ ਪਿੰਡ ਦੇ ਆ ਕੇ ਖੜ੍ਹੇ ਹੋਏ, ਇਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ। ਮੇਰੀ ਮੰਮਾ ਦੇ ਨਾਲ ਬਹੁਤ ਜ਼ਬਰਦਸਤੀ ਹੋਈ ਹੈ, ਮੇਰੇ ਪਾਪਾ ਵੀ ਮੇਰੇ ਨਾਲ ਨੇ, ਇਹਨਾਂ ਨੂੰ ਵੀ ਬਹੁਤ ਮਾਰਿਆ ਕੁੱਟਿਆ ਉਹਨਾਂ ਨੇ, ਜੋ ਕਿ ਪਿੰਡ ਮਧੂਵਾਲ ਦੇ ਰਹਿਣ ਵਾਲੇ ਨੇ। ਕਿੰਨਾ ਨੇ ਮਾਰਿਆ, ਕੀ ਕਾਰਨ ਕੀ ਰਿਹਾ, ਕਿਉਂ ਮਾਰਿਆ ਉਹਨਾਂ ਨੇ? ਉਹਨਾਂ ਨੇ ਇਸ ਲਈ ਮਾਰਿਆ ਕਿਉਂਕਿ ਮੇਰੇ ਮੰਮਾ ਉਹਨਾਂ ਦੇ ਨਾਲ ਸੀ, ਉਹ ਮੇਰੀ ਮੰਮਾ ਨਾਲ ਉਹਨਾਂ ਦਾ ਸੰਬੰਧ ਸੀ, ਮੇਰੀ ਮੰਮਾ ਵੀ ਉਹਨਾਂ ਦੇ ਪੱਖ 'ਤੇ ਸੀ, ਸਾਡੇ ਨਾਲ ਮੰਮਾ ਵੀ ਨਹੀਂ ਸੀ, ਹੁਣ ਮੇਰੇ ਪਾਪਾ ਅਤੇ ਅਸੀਂ ਇਕੱਠੇ ਹਾਂ, ਜੋ ਕਿ ਮੇਰੇ ਮੰਮਾ ਜਿਹੜੇ ਉਹ ਉਹਨਾਂ ਦੇ ਨਾਲ ਇਸ ਟਾਈਮ ਉਹਨਾਂ ਦੇ ਘਰ ਬੈਠੇ ਹੋਏ ਆ। ਕਿੰਨੀ ਉਮਰ ਸੀ ਜਦੋਂ ਤੁਹਾਨੂੰ ਇਹ ਸਾਰਾ ਪਤਾ ਚੱਲ ਗਿਆ ਜੀ? ਭਾਈ ਅਸੀਂ ਤਾਂ ਬੱਚੇ ਸੀ, ਪਤਾ ਨਹੀਂ ਮੈਨੂੰ ਕਿੰਨੀ ਉਮਰ ਸੀ ਮੇਰੀ, ਕਾਫੀ ਛੋਟੇ ਸੀ। ਤੁਹਾਡੀ ਮੰਮਾ ਨੂੰ ਕੀ ਨਾਮ ਹੈ ਉਹਦਾ ਅਤੇ ਕੀ ਰਿਸ਼ਤਾ ਤੁਹਾਡੇ ਨਾਲ? ਉਹਨਾਂ ਦਾ ਨਾਮ ਮੰਗਾ ਸਿੰਘ ਆ, ਅਤੇ ਮੇਰੇ ਡੈਡੀ ਜੀ ਦਾ ਭਤੀਜਾ ਅਤੇ ਸਾਡਾ ਭਰਾ ਲੱਗਦਾ ਮੇਰਾ। ਪਹਿਲੇ ਕਿੱਥੇ ਰਹਿੰਦਾ ਸੀ ਉਹ? ਉਹ ਮਧੂਵਾਲ ਹੀ ਰਹਿੰਦਾ ਸੀ, ਪਿੰਡ ਤੋਂ ਇੱਥੋਂ ਥੋੜ੍ਹਾ ਹੜਵਾਂ। ਤੁਹਾਡੇ ਕੋਲ ਕਿਸ ਤਰ੍ਹਾਂ ਇੱਥੇ ਆਉਂਦਾ ਰਿਹਾ, ਤੁਹਾਡੇ ਲਿੰਕ ਸੀ ਉਹਨਾਂ ਨਾਲ ਜਾਂ ਰਿਸ਼ਤੇਦਾਰੀ ਸੀ ਉਹਨਾਂ ਨਾਲ? ਡੈਡੀ ਜੀ ਦਾ ਭਤੀਜਾ ਸੀ ਤਾਂ ਸਾਡਾ ਵੀਰਾ ਸੀ, ਤਾਂ ਆਉਂਦੇ ਜਾਂਦੇ ਰਹੇ ਸੀ, ਫਿਰ ਉਹਨਾਂ ਨੇ ਮੰਮਾ ਨਾਲ ਜ਼ਬਰਦਸਤੀ ਕੀਤੀ, ਉਹਨਾਂ ਦੇ ਨਾਲ ਮੰਮਾ ਦੇ ਸੰਬੰਧ ਬਣ ਗਿਆ ਸੀ, ਫਿਰ ਤਾਂ ਫਿਰ ਮੰਮਾ ਦਾ ਉਹਨਾਂ ਨਾਲ ਆ ਗਿਆ ਸੀ ਚੱਕਰ, ਫਿਰ ਹਾਂ ਜ਼ਬਰਦਸਤੀ ਆਉਂਦੇ ਰਹੇ, ਬਹੁਤ ਜ਼ਬਰਦਸਤੀ ਕਰਕੇ ਜਾਂਦੇ ਰਹੇ, ਮੰਮਾ ਨੂੰ ਮਾਰ ਕੇ ਕੁੱਟਦੇ ਰਹੇ ਸੀ। ਫਿਰ ਜਦੋਂ ਹੁਣ ਗਏ ਮੰਮਾ ਉਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹੋਏ ਸੀ, ਤਾਂ ਫਿਰ ਉਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੇ ਉੱਥੋਂ ਮੰਮਾ ਨੂੰ ਕਿਡਨੈਪ ਕਰਕੇ ਖੜਿਆ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਮੰਗ ਹੈ ਤੁਹਾਡੀ?
ਹੁਣ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਰਕਾਰ ਸਾਡੇ ਵੱਲੇ ਹੋਵੇ, ਕਾਨੂੰਨ ਪੂਰੀ ਤਰਫਦਾਰੀ ਸਾਡੀ ਕਰੇ ਕਿ ਜੋ ਅਸੀਂ ਰਿਪੋਰਟਾਂ ਦਿੱਤੀਆਂ ਉਹਨਾਂ ਦੇ ਨਾਲ ਉਹਨਾਂ ਦੋਨਾਂ ਉੱਪਰ ਕੇਸ ਕੀਤਾ ਜਾਵੇ, ਦੋਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਪਾਇਆ ਜਾਵੇ। ਜਾਂ ਤਾਂ ਮੇਰੀ ਮੰਮਾ ਜੋ ਕਹਿੰਦੇ ਉਹ ਕਰੇ, ਅਤੇ ਜਾਂ ਫਿਰ ਜੋ ਦੋਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ। ਤੁਹਾਡੇ ਮੰਮੀ ਤੁਹਾਡੇ ਕੋਲ ਵਾਪਸ ਆਉਣਾ ਚਾਹੁੰਦੇ ਆ? ਸਾਡੇ ਮੰਮਾ ਸਾਡੇ ਕੋਲ ਵਾਪਸ ਆਉਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਜੋ ਸਾਡਾ ਮੇਰਾ ਮੋਟਰਸਾਈਕਲ ਨਿਕਲਿਆ ਸੀ ਲਾਟਰੀ ਦੇ ਵਿੱਚੋਂ, ਉਹ ਇੱਕ ਵਾਪਸ ਕਰਨ ਅਤੇ 7 ਲੱਖ ਰੁਪਇਆ ਮੇਰਾ ਦੇਣ। ਉਹ ਮੰਗਾ ਸਿੰਘ ਕੋਲਾ ਜੋ ਮਧੂਵਾਲ ਵਿੱਚ ਰਹਿੰਦੇ ਨੇ। ਹਾਂ, ਅਸੀਂ ਆਪਣੀ ਮੰਮਾ ਨੂੰ ਆਪਣੇ ਘਰ ਰੱਖਦੇ ਹਾਂ ਕਿਉਂਕਿ ਉਹ ਹੁਣ ਸਾਡੇ ਪੱਖ 'ਚ ਨੇ। ਕੱਲ ਨੂੰ ਤੁਹਾਨੂੰ ਉਹਨਾਂ ਕੋਲੋਂ ਕੋਈ ਡਰ ਵਗੈਰਾ? ਸਾਨੂੰ ਉਹਨਾਂ ਕੋਲ ਕੋਈ ਡਰ ਨਹੀਂ ਲੱਗੇਗਾ ਕਿਉਂਕਿ ਪਿੰਡ ਵਾਲੇ ਸਾਡੇ ਨਾਲ ਆ। ਜੇ ਦੁਬਾਰਾ ਆਏ ਤੇ ਫਿਰ ਅਸੀਂ ਫਿਰ ਨਹੀਂ ਅਸੀਂ ਪਹਿਲੇ ਇਸ ਤਰ੍ਹਾਂ ਉਹਨਾਂ ਨੇ ਐਡਾ ਵੱਡਾ ਸਟੈਪ ਚੁੱਕਿਆ, ਜੇ ਦੁਬਾਰਾ ਫਿਰ ਇਸ ਤਰ੍ਹਾਂ ਦਾ ਸਟੈਪ ਚੁੱਕਣਗੇ ਫਿਰ ਉਹ ਹੁਣ ਉਹ ਸਟੈਪ ਨਹੀਂ ਚੁੱਕ ਸਕਦੇ ਕਿਉਂਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਆ ਉਹ ਸਟੈਪ ਨਹੀਂ ਚੁੱਕ ਸਕਦੇ ਹੋਰ ਗਾਂ। ਤੁਹਾਡੇ ਨਾਲ ਗੱਲ ਹੋਈ ਤੁਹਾਡੇ ਮੰਮਾ ਦੀ? ਹਾਂ, ਇੱਕ ਵਾਰੀ ਹੋਈ ਆ। ਉਹਨਾਂ ਨੇ ਕਿਹਾ ਕਿ ਬੇਟਾ ਅਸੀਂ ਤੁਹਾਡੇ ਨਾਲ ਆ, ਪਹਿਲਾਂ ਜੋ ਹੋ ਗਿਆ ਸੋ ਹੋ ਗਿਆ, ਹੁਣ ਮੇਰੇ ਨਾਲ ਇਹਨੇ ਬਹੁਤ ਜ਼ਬਰਦਸਤੀ ਕੀਤੀ ਜਦਕਿ ਮੈਂ ਆਪਣੇ ਘਰ ਵਿੱਚ ਰਹਿਣਾ ਚਾਹੁੰਦੀ ਸਾਂ। ਫਿਰ ਵੀ ਉਹਨਾਂ ਮਾਰਿਆ ਕੁੱਟਿਆ, ਫਿਰ ਉਹਨਾਂ ਨੇ ਖੜਿਆ ਇੱਥੋਂ ਮੰਮਾ ਨੂੰ, ਜਦਕਿ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਉੱਥੋਂ ਉਹਨਾਂ ਨੇ ਉਹਨਾਂ ਨੂੰ ਕਿਡਨੈਪ ਕਰਕੇ ਖੜਿਆ। 2 ਦਿਨ ਬਾਅਦ ਤੋਂ ਸਾਨੂੰ ਪਤਾ ਲੱਗਾ ਕਿ ਸਾਡੀ ਮੰਮਾ ਨੂੰ ਉਹਨੇ ਖੜਿਆ। ਸਰ, ਮੇਰਾ ਨਾਮ ਭਗਵੰਤ ਸਿੰਘ, ਪਿੰਡ ਭਿੰਡੀ ਸਿੱਧਾ, ਪ੍ਰਧਾਨ ਗੁਰੂ ਗਿਆਨ ਨਾਥ ਆਸ਼ਰਮ ਰਾਮ ਤੀਰਥ। ਸਰ, ਜਿਹੜਾ ਅੱਜ ਜਿਹੜਾ ਮਸਲਾ ਹੈ ਇਸ ਦੇ ਬਾਰੇ, ਇਹ ਮੁੰਡਾ ਤਕਰੀਬਨ ਜੋਗੀ ਜਿਸ ਦਾ ਨਾਂ ਹੈ, ਇਹਨੂੰ ਨਾ ਕਿ ਜਿਸ ਵੇਲੇ ਉਹਨੇ ਮਾਰਿਆ ਕੁੱਟਿਆ, ਇਸ ਦੀ ਘਰ ਦੀ ਨੂੰ ਜ਼ਬਰਦਸਤੀ ਉਹ ਲੈ ਗਿਆ ਗੁਰਦੁਆਰੇ ਮੱਥਾ ਟੇਕਣ ਗਈ, ਉੱਥੋਂ ਧੂ ਕੇ ਉਹਨੇ ਖੜਿਆ, ਤੈਨੂੰ ਮੱਥਾ ਵੀ ਟੇਕਣ ਦੇਣਾ, ਪਤਾ ਨਹੀਂ ਕਿੱਥੇ ਜਾ ਕੇ ਸ਼ਰੀਰ ਮੱਥਾ ਟਿਕਾਇਆ ਕਿੱਥੇ ਨਹੀਂ। 3-4 ਦਿਨ ਰੱਖ ਕੇ ਉਹਨੇ, 3-4 ਦਿਨ ਰੱਖ ਕੇ ਤਾਂ ਮੁੜ ਕੇ 3 ਤਰੀਕ ਦੀ ਆਪਾਂ ਦਰਖਾਸਤ ਦਿੱਤੀ ਥਾਣੇ, ਕਾਰਵਾਈ ਕੋਈ ਨਹੀਂ ਹੋਈ, ਮੁੜ ਕੇ ਜੂਪਾ ਲਾ ਕੇ ਥਾਣੇ ਦਰਖਾਸਤ ਦਿੱਤੀ ਆ। ਜਨਾਨੀ ਨੂੰ ਧੱਕੇ ਨਾਲ ਲੈ ਕੇ ਗਿਆ ਜਾਂ ਕਿੱਦਾਂ ਲੈ ਕੇ ਗਿਆ ਜਾਂ ਕਿਡਨੈਪ ਕੀਤਾ, ਕੋਈ ਉਹਦੇ ਬਾਰੇ ਦੱਸੋਗੇ ਵਿਸਥਾਰ? ਸਰ, ਉਹ ਤਾਂ ਪਹਿਲਾਂ ਇਹਨਾਂ ਨਿਗਿਆ ਸੰਬੰਧ ਸੀਗੇ, ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਬੱਚੇ ਜਵਾਨ ਹੋ ਗਏ, ਮੈਂ ਇਸ ਕੰਮ ਤੋਂ ਬਾਹਰ ਨਿਕਲਣਾ, ਉਹਨੇ ਕਿਹਾ ਤਾਂ ਤੂੰ ਚੱਲ ਜਾ ਇੱਥੋਂ, ਮੈਂ ਨਹੀਂ ਤੇਰੇ ਨਾਲ ਜਾਣਾ, ਅਤੇ ਇਹ ਵਿਚਾਰਾ ਕਹਿ ਇੱਥੇ ਆਇਆ, ਕਹਿਣ ਲੱਗਾ ਕਿ ਮੇਰੀ ਘਰ ਦੀ ਆ, ਤੂੰ ਜਾ ਚੱਲ ਜਾ ਘਰ ਨੂੰ, ਸਾਡਾ ਘਰ ਵਸਣ ਦੇ। ਕਹਿਣ ਲੱਗਾ ਕਿਉਂ ਘਰ ਕਿਉਂ ਵਸਣ ਦੇ, ਮੈਂ ਇਹਨੂੰ ਵੱਢ ਕੇ ਜਾਣਾ ਜਾਂ ਤੈਨੂੰ ਵੱਢ ਕੇ ਜਾਣਾ। ਸਰ, ਇੰਨੀ ਗੱਲ ਰੌਲਾ ਪੈਂਦਾ ਇਹ ਵਿਚਾਰਾ, 9:30 ਟਾਈਮ ਹੈ, 9:30 ਟਾਈਮ ਮੇਰਾ ਗੇਟ ਖੜਕਾਉਂਦਾ ਰਿਹਾ, ਸ਼ਾਇਦ ਆਪਾਂ ਸੁੱਤੇ ਸੀ, ਜਾਗਦੇ ਨਹੀਂ ਸੀ। ਬਾਅਦ 'ਚ ਇਹਨੇ ਸਵੇਰੇ ਸਾਰੀ ਹਿਸਟਰੀ ਦੱਸੀ, ਅਸੀਂ ਮੁੜ ਕੇ ਇਕੱਠੇ ਸਾਰੇ ਪਿੰਡ ਵਾਲਿਆਂ ਸਲਾਹ ਕੀਤੀ, ਵੀਰ ਜੀ ਵੇਖੋ ਬੜੀ ਵੱਡੀ ਗੱਲ, ਇੱਕ ਸ਼ਰਮਨਾਕ ਹੈ, ਇਸ ਤਰ੍ਹਾਂ ਕਿ ਇੱਕ ਮਹੀਨੇ ਦੀ ਚਾਚੀ ਲੱਗਦੀ ਆ, ਉਹਦੀ ਲੜਕੀ ਆ, ਚਾਚੀ ਇਹਦੀ ਲੱਗਦੀ ਹੈ, ਠੀਕ ਹੈ, ਆਈਡੀਆਂ ਸਾਰੀਆਂ। ਹਾਂ, ਉਹਦਾ ਨਾਮ ਮੰਗਾ ਸਿੰਘ, ਸਨਾ ਵੀਰਾ ਸਿੰਘ, ਪਿੰਡ ਭਿੰਡੀ ਸਿੱਧਾ ਰਹਿਣ ਵਾਲਾ, ਬਾਹਰ ਕਲੋਨੀ ਪੈਂਦੀ ਮਧੂਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਹੀ ਮਗਰਲੇ ਪਾਸੇ। ਸਰ, ਇੰਨੀ ਜਾਤੀ ਇੱਕ ਤਾਂ ਇਸ ਤਰ੍ਹਾਂ ਗਾਂ ਰਿਸ਼ਤੇਦਾਰੀਆਂ ਹਿਸਾਬ ਲਈ ਰਿਸ਼ਤੇਦਾਰੀਆਂ ਨਾਸ਼ ਹੋ ਰਿਹਾ ਇਹੋ ਜਿਹੇ ਘਟੀਆ ਬੰਦਿਆਂ ਕਰਕੇ, ਕਿ ਗਾਂ ਕੋਈ ਵੀ ਭੈਣ ਭਰਾ ਚਾਚਾ ਤਾਇਆ ਇੱਕ ਦੂਜੇ ਕੋਲ ਨਹੀਂ ਵੱਸ ਸਕਦਾ ਜੇ ਆਪਾਂ ਇਹਨਾਂ ਨੂੰ ਨੱਥ ਨਾ ਪਾਈ ਤਾਂ। ਹਾਂਜੀ, ਜਿਹੜਾ ਭਿੰਡੀਆ ਸਾਹਿਬ ਤੋਂ ਮਸਲਾ ਸਾਹਮਣੇ ਆਇਆ ਕਸ਼ਮੀਰ ਕੋਲ ਦਾ ਅਤੇ ਮੰਗੇ ਸਿੰਘ ਦਾ, ਕੀ ਇਹਦਾ ਮਸਲਾ ਜਾਂ ਕੀ ਕਾਰਵਾਈ? ਇਹ ਜੋਗੀ ਨੇ ਦਰਖਾਸਤ ਦਿੱਤੀ ਹੈ ਜੀ, ਹਾਂਜੀ, ਭਿੰਡੀਆ ਸਾਹਿਬ ਦਾ ਜੀ ਥਾਣੇ ਵਿੱਚ। ਅੱਛਾ ਜੀ, ਇਹਦੀ ਜਿਹੜੀ ਘਰ ਦੀ ਆ, ਇਹਦਾ ਕੋਈ ਯਾਦ ਦੋਸਤ ਸੀ ਪਹਿਲਾਂ ਜੇਲ੍ਹ ਸਾਹਿਬ ਥਾਣੇ ਹੈਗੇ, ਉਹਦੇ ਨਾਲ ਗਈ ਆ ਜੀ। ਮੈਂ ਉਹਨਾਂ ਨੂੰ ਬੁਲਾਇਆ, ਇਹਨੂੰ ਬੁਲਾਇਆ, ਇਹਨੇ ਜਿਹਨੇ ਦੱਸਿਆ ਉਹਦੇ ਘਰ ਰੇਡੀਓ ਕੀਤਾ ਮੰਗੇ ਦੇ, ਠੀਕ ਠੀਕ ਹੈ, ਇਹਨੇ ਫੋਨ 'ਤੇ ਕੀਤਾ ਵੀ ਅਸੀਂ ਨਾਲੇ ਦਿਖਾ ਦਿੱਤੀ ਕਾਰਵਾਈ ਉੱਥੇ ਕਰਾਉਣੀ, ਇੱਥੇ ਨਹੀਂ ਕਰਾਉਣੀ। ਫਿਰ ਦੁਬਾਰਾ ਨੂੰ ਮੈਂ ਬੁਲਾਇਆ, ਮੈਂ ਇੱਥੇ ਆਓ, ਜਿਹੜੀ ਦਿਖਾ ਦੀ ਕਾਰਵਾਈ, ਉਹ ਕਹਿੰਦੇ ਕਿ ਨਹੀਂ ਜਿਹੜੀ ਦਿਖਾ ਦੀ ਕਾਰਵਾਈ ਬਣਦੀ ਆ ਉਹ। ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ, ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ।